ਆਪ ਸਭ ਦਾ ਸਵਾਗਤ ਹੈ ਆਪਣੇ YouTube ਚੈਨਲ ਐਚ ਕਵਰੇਜ ਤੇ ਅੱਜ ਜਿਸ ਦਿਨ ਲਈ ਜਮਾਤ 8ਵੀਂ ਦਾ ਸਾਇੰਸ ਵਿਸ਼ੇ ਦਾ ਪੇਪਰ ਹੁਣ ਕੱਲ ਨੂੰ ਤਰਮਬਨ ਪ੍ਰੀਖਿਆ 2023 ਦਾ ਉਸ ਲਈ ਆ ਚੁੱਕਾ ਹੈ ਫੁੱਲ ਸੋਲਵਡ ਹੈ ਜੇਕਰ ਤੁਸੀਂ ਆਪਣੇ YouTube ਚੈਨਲ ਐਚ ਕਵਰੇਜ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜੇ ਸਤੋਂ ਆਪਣੀ ਸਤਾਂ ਦੇ ਹੋਰ ਵੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲ ਸਕੇ ਤੇ ਤੁਹਾਨੂੰ ਦੱਸ ਦਈਏ ਜੇਕਰ ਤੁਹਾਨੂੰ ਇਸ ਪੇਪਰ ਦੀ ਪੀਡੀਐਫ ਚਾਹੀਦੀ ਹੈ ਤਾਂ ਆਪਣੇ ਇੱਕ ਟੈਲੀਗ੍ਰਾਮ ਚੈਨਲ ਬਣਿਆ ਹੋਇਆ ਉਧਰ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਤੁਸੀਂ ਉੱਤੇ ਕਲਿੱਕ ਕਰਕੇ ਆਪਣੇ ਟੈਲੀਗ੍ਰਾਮ ਚੈਨਲ ਤੇ ਜੁਆਇਨ ਹੋ ਸਕਦੇ ਹੋ ਉਸ ਤੋਂ ਪੇਪਰ ਦੀ ਪੀਡੀਐਫ ਸਭ ਤੋਂ ਆਪਾਂ ਸਭ ਤੋਂ ਪਹਿਨ ਪਹੁੰਚ ਕਰਵਾ ਦੇਵਾਂਗੇ ਚਲੋ ਆਪਾਂ ਪੇਪਰ ਕਰਵਾ ਦਿੰਨੇ ਆਂ ਕੁੱਲ ਅੰਕ 80 ਤੇ ਸਮਾਂ ਤੇ ਨਿਕੰਤਦਾ ਪਾਗ ਊੜਾ ਇਹ ਸਾਰੇ ਪ੍ਰਸ਼ਨ ਜੁੜੀ ਹਨ ਹਰੇਕ ਪ੍ਰਸ਼ਨ ਦਾ ਇੱਕ ਅੰਕ ਇਕ ਅੰਕ ਦਾ ਹੈ ਪਹਿਲਾ ਹੈਗਾ ਜਸਵੀਰ ਨੇ ਆਪਣੇ ਖੇਤ ਵਿੱਚ ਮੁੱਖ ਫਸਲ ਨਾਲ ਉੱਗੇ ਹੋਏ ਕੁਝ ਬੇਲੋੜੇ ਜੰਗਲੀ ਪੌਦੇ ਵੇਖੇ ਇਹਨਾਂ ਬੇਲੋੜੇ ਪੌਦਿਆਂ ਨੂੰ ਖੇਤ ਵਿੱਚ ਹਟਾਉਣ ਦੀ ਕੀ ਕਿਰਿਆ ਕਿਰਿਆ ਨੂੰ ਕਹਿੰਦੇ ਹਨ ਹਟਾਉਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ ਇਹਦਾ ਸਹੀ ਹੈਗਾ ਗੋੜਾਈ ਇਹਦੀ ਰਾਈਟ ਆਨਸਰ ਹੈਗੇਗਾ ਦੂਸਰਾ ਫਲ ਫਲੀਦਾਰ ਪੌਦਿਆਂ ਦੀ ਜੜ੍ਹਾਂ ਵਿੱਚ ਗੰਡਾ ਹੋਇਆ ਕੰਡਾ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਰਹਿੰਨ ਬਾਰੇ ਸੁਖਮ ਜੀਵਾਂ ਨੂੰ ਕੀ ਕਹਾਖਦੇ ਹਨ ਇਧਰ ਅਸਲ ਹੈ ਜੋਬੀਅਮ ਬੈਕਟੀਰੀਆ ਬੈਕਟੀਰੀਆ ਇਹਦੇ ਲਈ ਤਾਂ ਅਸਲ ਅੱਗੇ ਹੈਗਾ ਇਹ ਤੇ ਲਿਖੇ ਸੁਖਮ ਜੀਵਾਂ ਵਿੱਚ ਕਿਹੜੇ ਸੁਖਮ ਜੀਵ ਨੂੰ ਸਿਰਫ ਸੁਖਮ ਦਸੀਆਂ ਨਾਲ ਹੀ ਵੇਖਿਆ ਜਾ ਸਕਦਾ ਹੈ ਇਹ ਸਾਰੇ ਬਿਸਾਨੂ ਨੂੰ ਵੀ ਕੇਵਲ ਸੁਖਮ ਦਸੀਆਂ ਦੇਖਿਆ ਜਾ ਸਕਦਾ ਜੀਵਾਨੂ ਨੂੰ ਵੀ ਤੇ ਖਮੀਰ ਨੂੰ ਵੀ ਅਗੇ ਹੈਗਾ ਚੌਥਾ ਖਮੀਰ ਦੀ ਬਤ ਤੋਂ ਕਿਸੇ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ ਇਹਦਾ ਅਸਲ ਹੈਗਾ ਅਲਕੋਹਲ ਅਲਕੋਹਲ ਮਤਲਬ ਸ਼ਰਾਬ ਕੇ ਪੰਜਵਾ ਬਾਧੂ ਅਰੇ ਲਗਾਈ ਗੈਪ ਪਰ ਬਲ ਗਿਆ ਦਾਬ ਗਹਿਰਾਈ ਵਧਨ ਨਾਲ ਡੈਸ਼ ਹੁੰਦਾ ਹੀ ਰਹਸ ਲਗਾ ਬੱਧਾ ਹੈ ਜਿਵੇਂ ਜਿਵੇਂ ਆਪੇ ਬਧੀਏ ਹੋ ਬਧੀ ਚੱਲੂਗੀ ਗਹਿਰਾਈ ਡੂੰਘੀ ਹੋ ਚੁੱਕ ਮਤਲਬ ਆਪਾਂ ਜਿੰਨਾ ਨੀਚੇ ਜਿਆਦਾ ਬਲ ਲਾਵਾਂਗੇ ਤਾਂ ਉਨਾਂ ਜਿਆਦਾ ਬਲ ਲੱਗੂਗਾ ਤੁਹਾਨੂੰ ਦੱਸ ਦੇਮਾ ਛਿਮਾ ਪਾਟੇ ਕਿਰਿਆ ਦੌਰਾਨ ਭੋਜਨ ਨਰੀ ਵਿੱਚ ਭੋਜਨ ਅੱਗੇ ਵੱਲ ਤੱਕਿਆ ਜਾਂਦਾ ਹੈ ਇਹਨਾਂ ਸ레ਗਾ ਆਡਾ ਪਿਛੀਵਲ ਦੋਰਾ ਅਗੇ ਸਤਮਾ ਇੱਕ ਤੰਤਪੋਰ ਜਿਸ ਪ੍ਰਕਿਰਿਆ ਦੁਆਰਾ ਪ੍ਰੋੜ ਵਿੱਚ ਮਿਕਸੇਟਾ ਹੁੰਦਾ ਹੈ ਉਹ ਹੈ ਕਾਇਆ ਪਰਿਵਰਤਨ ਗਯਤਮਾ ਇੱਕ ਹਾਈਡਰਾ ਦੀ ਬੰਦਨਾ ਦੋ ਜਾਂ ਦੋ ਤੋਂ ਵੱਧ ਹਾਈਡਰਾ ਪੈਦਾ ਹੁੰਦੇ ਹਨ ਇਸੇ ਇਸ ਪ੍ਰਕਾਰ ਦੇ ਲਿੰਗੀ ਪਜਨ ਨੂੰ ਕੀ ਕਹਿੰਦੇ ਹਨ ਇਹਨਾਂ ਸ레ਗਾ ਬ੍ਰਿੰਗ ਉੜ ਬ੍ਰਿੰਗ ਰਾਈਟ ਅਨਸਰ ਬ੍ਰਿੰਗ ਅਗਗਾ ਹੈਥ ਲਿਖਿਆ ਵਿੱਚੋਂ ਕਿਹੜਾ ਬਿਜਲੀ ਕੁਚਾਲਕ ਹੈ ਇਹਨਸ ਲੱਗਾ ਸੀਲੀ ਸ਼ੁੱਧ ਜਲ ਅਗਗਾ ਦਸਮਾ ਹੈਥ ਲਿਖਿਆ ਵਿੱਚੋਂ ਕਿਹੜਾ ਬਿਜਲੀ ਦਾ ਕੁਚਾਲਕ ਨਹੀਂ ਹੈ ਇਹਨਸ ਲੱਗਾ ਤਾਂਬਾ ਅਗਗਾ 11ਵਾਂ ਇਲੈਕ ਇਲੈਕਟੋਲਾਈਟ ਦੇ ਕੋਲ ਵਿੱਚ ਬਿਜਲੀ ਧਾਰਾ ਲਗਾਉਣ ਨਾਲ ਕੀ ਪ੍ਰਵਾਹ ਹੁੰਦਾ ਹੈ ਇਹਨਸ ਲੱਗਾ ਸਾਇਨਿਕ ਪ੍ਰਵਾਹ ਅਗਗਾ 12ਵਾਂ ਸਾਦੀ ਸਰਕਾਰ ਰਾਹੀ ਪ੍ਰੋਜੈਕਟ ਟਾਈਗਰ ਕਾਨੂੰਨ ਕਦੋਂ ਲਾਗੂ ਕੀਤਾ ਗਿਆ ਸੀ ਇਹਨਾਂ ਸਲੇਕਾ 1 ਅਪ੍ਰੈਲ 1973 ਚ ਦੂਜਾ ਇਹਨਾਂ ਆਪਸ਼ਨ ਰਾਈਟ ਆ ਅਗਿਆ ਗਿਆ 13ਵਾਂ ਕਿਸ ਗੈਸ ਦਾ ਲੇਬਰ ਬਦਨ ਨਰ ਗਲੋਬਲ ਵਾਰਮਿੰਗ ਹੁੰਦੀ ਹੈ ਇਹਨਾਂ ਸਲੇਕਾ CO2 ਮਤਲਬ ਕਾਰਬਨ ਡਾਈ ਆਕਸਾਈਡ ਤੇ ਦੂਸਰਾ ਮਤਲਬ 14ਵਾਂ ਇਹ ਤ੍ਰਿਕਾ ਵਿੱਚ ਕਿਹੜਾ ਪ੍ਰਵਾਸੀ ਪੰਛੀ ਹੈ ਇਹਨਾਂ ਸਲੇਕਾ ਸੁਖ ਸੁਰਖਾਬ ਕਪੰਦਰਾਮ ਹੇਥ ਲਿਖਿਆ ਵਿੱਚ ਕਿਹੜਾ ਜਲਨਸ਼ੀਲ ਪਦਾਰਥ ਹੈ ਇਹਨਾਂਸ ਲੈਗਾ ਕਾਗਜ਼ ਈੜੀ ਦੇ ਅਨਸਰ ਅਗੇ ਸੋਲਮਾ ਦਹਨ ਲਈ ਜ਼ਰੂਰੀ ਸ਼ਰਤਾਂ ਹਨ ਇਹਨਾਂਸ ਅਗੇ ਬੱਲਣਾ ਹਵਾ ਤੇ ਤਾਪ ਇਹ ਤਿੰਨੇ ਜ਼ਰੂਰੀ ਹਨ ਅਗੇ ਸਤਾਰਮਾ ਹੇਥ ਲਿਖਿਆ ਵਿੱਚੋਂ ਕਿਸ ਦਾ ਸਭ ਤੋਂ ਨਿਮਨ ਜਲਨ ਤਾਪ ਹੈ ਇਹਨਾਂਸ ਲੈਗਾ ਐਲਪੀਜੀ ਦਾ ਅਗੇ ਭਾਗ ਅੜਾ ਹਰੇ ਇਹ ਸਾਰੇ ਪ੍ਰੈਸ਼ਨ ਜ਼ਰੂਰੀ ਹਨ ਹਰੇ ਪ੍ਰੈਸ਼ਨ ਦੇ ਇਹ ਪ੍ਰੈਸ਼ਨ ਦੋ ਅੰਕ ਦਾ ਹੈ ਪਹਿਲਾ ਹੈਗਾ ਖੇਤੀ ਦੀ ਪਰਿਭਾਸ਼ਾ ਦਿਓ ਖੇਤੀ ਖੇਤ ਖੇਤੀ ਖੇਤ ਵਿੱਚ ਫਸਲ ਨੂੰ ਗਾਉਂਦੀ ਪ੍ਰਕਿਰਿਆ ਨੂੰ ਖੇਤੀ ਕਹਿੰਦੇ ਹਨ ਨਦੀਨ ਨਸ਼ਕ ਕੀ ਹੁੰਦੇ ਹਨ ਨਦੀਨ ਨਸ਼ਕ ਉਹ ਰਸਾਇਣਿਕ ਪਦਾਰਥ ਜੋ ਨਦੀਨਾਂ ਨੂੰ ਹਟਾਉਣ ਨੂੰ ਅਤੇ ਉਹਨਾਂ ਦੇ ਬਾਦੇ ਨੂੰ ਕਾਬੂ ਰੱਖ ਕਾਬੂ ਵਿੱਚ ਰੱਖਣ ਲਈ ਖੇਤਾਂ ਵਿੱਚ ਛਿੜਕੇ ਜਾਂਦੇ ਹਨ ਨਦੀਨ ਨਸ਼ਕ ਖਵਾਉਂਦੇ ਹਨ ਅਗੇ ਸੁਖਮ ਜੀਵ ਕੀ ਹਨ ਸੁਖਮ ਜੀਵ ਉਹ ਸੂਖਮ ਜੀਵ ਹਨ ਜੋ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦੇ चौथा अमीबा सुखम जीबा वर्ग है अमीबा सुखम जीबा वर्ग है संपर्क बल संपर्क बल जो कि आपसी संपर्क आते लगता है संपर्क बल कहाता है छिंगी भजन किन्न किन्न जीवों की लड़ हे है इन सड़क एक जीव की लड़ हे सतव ਬਿਜਲੀ ਚਾਲਕ ਕੀ ਹੈ ਬਿਜਲੀ ਚਾਲਕ ਅਜਿਹੇ ਪਦਾਰਥ ਜੋ ਆਪਣੇ ਵਿੱਚੋਂ ਬਿਜਲੀ ਧਾਰਾ ਪਰਵਾਹਿਤ ਹੋਣ ਦਿੰਦੇ ਹਨ ਬਿਜਲੀ ਚਾਲਕ ਅਖਵਾਉਂਦੇ ਹਨ ਇਲੈਕਟ੍ਰੋਨਡ ਕੀ ਹੈ ਇਲੈਕਟ੍ਰੋਨਡ ਬੈਟਰੀ ਬੈਟਰੀ ਨਾਲ ਜੋੜਨ ਦੇ ਲਈ ਬਿਜਲੀ ਚਾਲਕ ਵਿੱਚ ਵਿੱਚ ਵਰਤੀ ਜਾਣ ਵਾਲੀ ਸ਼ਾਤ ਦੀ ਛੜ ਇਲ ਇਲੈਕਟ੍ਰੋਨਡ ਕਹਾਉਂਦੀ ਹੈ ਨੋਮਾ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਪੌਦਿਆਂ ਨੂੰ ਕਿਹੜੀ ਗੈਸ ਦੀ ਲੋੜ ਹੁੰਦੀ ਹੈ ਪ੍ਰਕਾਸ਼ ਪੌਦਿਆਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਕਾਰਬਨ ਡਾਈਆਕਸਾਈਡ ਦੀ ਗੈਸ ਦੀ ਲੋੜ ਹੁੰਦੀ ਹੈ 10 ਪਜਾਤੀਆਂ ਦੀ ਪਰਿਭਾਸ਼ਾ ਲਿਖੋ ਪਜਾਤੀਆਂ ਪਲਜਾਤੀਆਂ ਸੰਜੀਵਾ ਦੀ ਸਮਿਸ਼ਟੀ ਦਾ ਹੁੰਦਾ ਹੈ ਜੋ ਇੱਕ ਦੂਜੇ ਨਾਲ ਅੰਤਿਰਜਨ ਕਰਨ ਦੇ ਸਮਰੱਥ ਹੈ ਅੱਗੇ ਹੈਗਾ 11 ਜਲਨ ਕੀ ਹੈ ਜਲਨ ਇਹ ਇੱਕ ਅਜੀਹ ਪਰਕਮ ਹੈ ਜਿਸ ਵਿੱਚ ਪਦਾਰਥ ਨੂੰ ਆਕਸੀਜਨ ਨਾਲ ਜਲਾਉਣ ਨਾਲ ਤਾਪਤ ਤੇ ਪ੍ਰਕਾਸ਼ ਪੈਦਾ ਹੁੰਦਾ ਹੈ ਅਗੇ 12ਮ ਲੱਕੜ ਦਾਖ ਲੱਕੜੀ ਦਾ ਕੋਲਾ ਲੱਕੜੀ ਦੀ ਤੁਲਨਾ ਨਾਲੋਂ ਵਧੀਆ ਬਾਲਣ ਕਿਉਂ ਹੈ ਲੱਕੜੀ ਦੇ ਕੋਲੇ ਕੈਲੋਰੀ ਮੁੱਲ ਲੱਕੜੀ ਦੇ ਕੈਲੋਰੀ ਮੁੱਲ ਨਾਲੋਂ ਵੱਧ ਹੈ ਇਸ ਲਈ ਲੱਕੜੀ ਦਾ ਕੋਲਾ ਲੱਕੜੀ ਦੀ ਤੁਲਨਾ ਨਾਲੋਂ ਇੱਕ ਵਧੀਆ ਬਾਲਣ ਹੈ ਪਾਗ ਈੜੀ ਇਹ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਪ੍ਰਸ਼ਨ ਤਿੰਨ ਅੰਕ ਦਾ ਹੈ ਪਹਿਲਾ ਹੈ ਜੇਕਰ ਕਣਕ ਨੂੰ ਖਰੀਫ ਸੌਣੇ ਦੇ ਮੌਸਮ ਵਿੱਚ ਬੀਜੇ ਜਾਵੇ ਤਾਂ ਕੀ ਹੋਵੇਗਾ ਬੰਨਰ ਕਰੋ ਕਣਕ ਇੱਕ ਰਬੀ ਫਸਲ ਹੈ ਅਰਥਾਤ ਉਹ ਸਰਦੀ ਦੀ ਰੁੱਤ ਵਿੱਚ ਹੁੰਦੀ ਹੈ ਅਤੇ ਘੱਟ ਤਾਪਰ ਅਤੇ ਘੱਟ ਪਾਣੀ ਦੀ ਲੋੜ ਲੋੜ ਹੁੰਦੀ ਹੈ ਜੇ ਕਣਕ ਨੂੰ ਖਰੀਫ ਜਾਂ ਬਰਖਾ ਦੀ ਰੁੱਤ ਵਿੱਚ ਬੀਜੇ ਜਾਵੇ ਤਾਂ ਇਸੇ ਵਿੱਚ ਵੱਧ ਪਾਣੀ ਮੈਨ ਕਣਕ ਦੀ ਕਣਕ ਦੀ ਫਸਲ ਮਰ ਜਾਵੇਗੀ ਜਾਂ ਫਿਰ ਅਸ ਅਸ ਸਬਸਤ ਫੋ ਦੁੱਗਣਗੇ ਅਗੇ ਤੁਸੀਂ ਪੀਸੇ ਹੋਇਆ ਚਾਵਲ ਅਤੇ ਦਾਲ ਮਿਸ਼ਰਣ ਖੱਟਾ ਕਿਵੇਂ ਬਣਾਇਆ ਜਾਂਦਾ ਹੈ ਪੀਸੇ ਹੋਇਆ ਚਾਵਲ ਅਤੇ ਦਾਲ ਦੇ ਮਿਸ਼ਰਣ ਨੂੰ ਕੁਝ ਦਿਨ ਪਿਆ ਰਹਿਣ ਦੇ ਨਾਲ ਇਹ ਖੱਟਾ ਹੋ ਜਾਂਦਾ ਹੈ ਇਹ ਖਮੀਰ ਕੋਸ਼ਿਕਾਵਾਂ ਦਾ ਵਾਧਾ ਕਰਦਾ ਹੈ ਜੋ ਮਿਸ਼ਰਣ ਨੂੰ ਫੁੱਲਣ ਜਾਂ ਫੁੱਲਣ ਅਤੇ ਖੱਟਾ ਕਰਨ ਵਿੱਚ ਸਹਾਇਕ ਹੈ ਅਗਿਆ ਗਿਆ ਤੀਸਰਾ ਇੱਕ ਇੱਕ ਵਸਤੂ ਤੇ ਬਲ ਲੱਗਣ ਦੇ ਨਤੀਜੇ ਲਿਖੋ ਉੱਤਰ ਹੈਗਾ ਇੱਕ ਬਲ ਲੱਗਣ ਦੇ ਵਸਤੂ ਦੇ ਪ੍ਰਭਾਵ ਪਹਿਲਾ ਹੈਗਾ ਗਤੀ ਵਿੱਚ ਪਰਿਵਰਤਨ ਬਲ ਵਸਤੂ ਦੀ ਗਤੀ ਬਦਲ ਸਕਦਾ ਹੈ ਦੂਸਰਾ ਦਿਸ਼ਾ ਵਿੱਚ ਪਰਿਵਰਤਨ ਬਲ ਨਾਲ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਹੁੰਦਾ ਹੈ ਚੌਥਾ ਗਤੀ ਅਤੇ ਦਿਸ਼ਾ ਦੋਨਾਂ ਵਿੱਚ ਪਰਿਵਰਤਨ ਬਲ ਵਸਤੂ ਦੀ ਗਤੀ ਅਤੇ ਦੋਨਾਂ ਦਿਸ਼ਾ ਮਤਲਬ ਦੋਨਾਂ ਦਿਸ਼ਾ ਦੋਨਾਂ ਦੀ ਬਦਲ ਸਕਦਾ ਹੈ ਆਕৃতি ਅਤੇ ਆਕਾਰ ਵਿੱਚ ਪਰਿਵਰਤਨ ਬਲਤ ਬਲਨਾਰ ਬਸਤੂ ਦੀਆਂ ਕੀਤੀਆਂ ਤੇ ਆਕਾਲ ਨੂੰ ਨੇ ਬਦਲ ਬਦਲੀ ਜਾ ਸਕਦੇ ਹਨ। ਇਹ ਚੌਥਾ ਸੰਜੀਬਾ ਵਿੱਚ ਪ੍ਰਜਨਨ ਕਿਉਂ ਜ਼ਰੂਰੀ ਹੈ ਸਮਝਾਓ। ਸੰਜੀਬਾ ਵਿੱਚ ਪ੍ਰਜਨਨ ਦੀ ਮਹੱਤਤਾ ਇਹ ਜੀਵਾਂ ਵਿੱਚ ਜੋਗਤਾ ਹੈ ਕਿ ਹੈ ਜਿਸ ਦੁਆਰਾ ਉਹ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ। ਪ੍ਰਜਨਨ ਨਾਰ ਪਰਜਾਤੀਆਂ ਦਾ ਆਧਾ ਹੁੰਦਾ ਹੈ। ਉਹ ਜੈਵਿਕ ਪ੍ਰਕਿਰਿਆ ਉਤਲ ਜੀਵਤਾ ਅਤੇ ਲਗਾਤਾਰ ਲਗਾਤਾਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ। ਇਸਨਾਂ ਅਨੁਮਾਨਿਸ਼ਕਤਾ ਤੇ ਹੋਰ ਗੁਣ ਦਾ ਅਗਲੀ ਪੀੜੀ ਵਿੱਚ ਸਥਾਨਾਂਤਰ ਵੀ ਹੁੰਦਾ ਹੈ ਅਗੇ ਪੰਜਵਾਂ ਬਿਜਲੀ ਅਪਕਟਨ ਕੀ ਹੈ ਬਿਜਲੀ ਅਪਕਟਨ ਬਿਜਲੀ ਦੇ ਪ੍ਰਭਾਵ ਕਾਰਨ ਰਸਾਇਣਿਕ ਯੋਗਿਕਾਵਾਂ ਦੇ ਘੋਲ ਵਿੱਚ ਅਪਕਟਿਤ ਹੋਣਾ ਬਿਜਲੀ ਅਪਕਟਨ ਖਵਾਉਂਦਾ ਹੈ ਜਦੋਂ ਤੇਜਾਬ ਜੁਗਤ ਪਾਣੀ ਵਿੱਚ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਇਹ ਆਪਣੇ ਸੰਗਤਕ ਹਾਈਡਰੋਜਨ ਹਾਈਡਰੋਜਨ ਅਤੇ ਆਕਸੀਜਨ ਵਿੱਚੇ ਟੁੱਟ ਜਾਂਦਾ ਹੈ ਹਾਈਡਰੋਜਨ ਕੈਨਥੋਰ ਉੱਪਰ ਅਤੇ ਆਕਸੀਜਨ ਐਨੋਡ ਉੱਪਰ ਇਕੱਠੀ ਹੁੰਦੀ ਹੈ ਇਸੇ ਮਾ ਸਾਨੂੰ ਜੰਗਲ ਦੀ ਬਚਤ ਕਿਉਂ ਕਰਨੀ ਚਾਹੀਦੀ ਹੈ ਉਹਨਾਂ ਕਿਰਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਨਾਲ ਤੁਸੀਂ ਕਾਗਜ਼ ਦੀ ਬਚਤ ਕਰ ਸਕਦੇ ਹੋ ਇੱਕ ਤਨ ਕਾਗਜ਼ ਪੈਦਾ ਕਰਨ ਦੇ ਲਈ 17 ਹਰੇ ਭਰੇ ਰੁੱਖ ਪੇੜ ਪੇਪਰ ਚਾਹੀਦੇ ਹਨ ਇਸ ਲਈ ਸਾਨੂੰ ਕਾਗਜ਼ ਦੀ ਬਚਤ ਬਚਤ ਕਰਨੀ ਚਾਹੀਦੀ ਹੈ ਕਾਗਜ਼ ਨੂੰ 5 ਤੋਂ 7 ਬਾਰ ਮੋੜ ਚੱਕਰਨ ਹੋ ਸਕਦਾ ਹੈ ਸਾਨੂੰ ਕਾਗਜ਼ ਨੂੰ ਬਚਾਉਣ ਲਈ ਬਚਾਉਣਾ ਚਾਹੁੰਦਾ ਚਾਹੀਦਾ ਹੈ ਉਪਯੋਗਤਾ ਵਿੱਚ ਆਏ ਕਾਗਜ਼ ਨੂੰ ਮੋੜ ਵਸਤੂ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਮੋੜ ਚੱਕਰਨ ਕਰ ਦੇਣਾ ਚਾਹੀਦਾ ਹੈ ਇਸ ਨਾਲ ਜੰਗਲਾਂ ਦੇ ਇਸ ਨਾਲ ਜੰਗਲਾਂ ਦੇ ਨਰ ਨਰ ਪਾਣੀ ਅਤੇ ਊਰਜਾ ਦੀ ਵੀ ਬਚਤ ਹੁੰਦੀ ਹੈ ਨਿਕਲ ਕਰਕੇ ਸੈਨਾ ਦੇ ਉਪਯੋਗ ਵਿੱਚ ਕਮੀ ਆਉਂਦੀ ਹੈ ਕਿ ਸਤਮਾ ਜੰਗਲਾਂ ਦੀ ਰੱਖਿਆ ਤੋਂ ਭਾਵ ਹੈ ਹਵਾ ਪਾਣੀ ਅਤੇ ਮਿੱਟੀ ਦੀ ਸੁਰੱਖਿਆ ਬੰਨਣ ਕਰੋ ਜੰਗਲਾਂ ਨੂੰ ਜੰਗ ਇੱਕ ਗੁੰਜਲਦਾਰ ਜੈ ਮੰਦਰੀ ਤੰਤਰ ਹੈ ਚਾਹੇ ਇਹ ਖੁਦ ਕਾਫੀ ਹੈ ਚਾਹੇ ਇਹ ਖੁਦ ਕਾਫੀ ਹੈ ਫਿਰ ਵੀ ਇਹ ਦੂਸਰੇ ਨਿਮਨ ਕਰਨਾ ਦਾ ਅਸਰ ਅਤੇ ਆਪਣੇ ਆਪਣੇ ਰੱਖ-ਰਖਾ ਦੇ ਲਈ ਨਿਰਭਰ ਹੁੰਦਕਲਦਾ ਹੈ ਇਸ ਲਈ ਜੰਗਲਾਂ ਦੀ ਸੁਰੱਖਿਆ ਦੇ ਲਈ ਹਵਾ ਮਿੱਟੀ ਅਤੇ ਪਾਣੀ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਜੰਗਲ ਬਜੂਦਿਆਂ ਬਜੂਦਿਆਂ ਹਾਲਤਾ ਤੇ ਨਿਰਭਰ ਕਰਦੇ ਹਨ ਸਵੇਂ ਦੀ ਪਗੋਰ ਕੇ ਪਵਿੱਤ ਪ੍ਰਵੇਤਨ ਜਿੰਨੇ ਬਣਾ ਬਣਾਉਣੇ ਚਾਹ ਖਾਣਾ ਖਾਣ ਦੋ ਖੋਦਨ ਇਸਨਾਂ ਇਸਨਾਂ ਉਸ ਜੰਗਲ ਜੰਗਲ ਦੇ ਬਾਤ ਪਰ ਨਸ਼ਟ ਹੋ ਹੋ ਨਰ ਬੁਰਾ ਪ੍ਰਸਰ ਪੈਂਦਾ ਹੈ ਉਦਯੋਗ ਦੁਆਰਾ ਫੈਲੇ ਗਏ ਪ੍ਰਦੂਸ਼ਣ ਪ੍ਰਦੂਸ਼ਣ ਦਾ ਦੁਸਪਰਵ ਜੰਗਲਾਂ ਤੇ ਬਹੁਤ ਬਹੁਤ ਹੈ ਜਦੋਂ ਕਿ ਉਦਯੋਗ ਮੀਲਾ ਦੂਰ ਹੁੰਦੇ ਹਨ ਅਗਯਾਥਮ ਜਲਨ ਤਾਪ ਜਲਨ ਸੀ ਪਦਾਰਥ ਜਲਨ ਵਿੱਚ ਸਹਾਇਕ ਜਿਸ ਸਹਾਇਕ ਦੀ ਸਹਾਇਕ ਦੀ ਜਲਨ ਵਿੱਚ ਜ਼ਰੂਰੀ ਰੋਡਨ ਦਾ ਸਦ ਪਰ ਵਿੱਚ ਵਿਆਖਿਆ ਕਰੋ ਜਲਨ ਤਾਪ ਇਹ ਇੱਕ ਨਿਮਨ ਤਾਪ ਹੈ ਇਸ ਸਥੇ ਬਲਨ ਅੱਗ ਫੜ ਲੈਂਦਾ ਹੈ ਹਰੇਕ ਪਦਾਰਥ ਦਾ ਜਲਨ ਤਾਪਨ ਨਿਸ਼ਚਿਤ ਹੁੰਦਾ ਹੈ ਇਸ ਤੋਂ ਘੱਟ ਤਾਪਨ ਤੇ ਵੀ ਉਹ ਅੱਗ ਨਹੀਂ ਫੜਦਾ ਹੈ ਜਲਨਸ਼ੀਲ ਪਦਾਰਥ ਉਹ ਪਦਾਰਥ ਸੋਖਿਆ ਦੀ ਸੋਖਿਆ ਹੀ ਅੱਗ ਫੜ ਲੈਂਦਾ ਹੈ ਕਾਗਜ਼ ਐਲ ਪੀ ਜੀ ਕੱਪੜੇ ਆਂਦੀ ਜਲਨਸ਼ੀਲ ਪਦਾਰਥਨ ਜਲਨ ਵਿੱਚ ਜਲਨ ਦੇ ਜਲਨ ਦੇ ਲਈ ਸਾ ਇੱਕ ਉਹ ਪਦਾਰਥ ਜੋ ਬਲਨ ਅਤੇ ਜਲਨਸ਼ੀ ਪਦਾਰਥ ਦੀ ਜਲਨ ਵਿੱਚ ਸਹਾਇਤਾ ਕਰਦੇ ਹਨ ਪੈਟਰੋਲ ਐਲ ਪੀ ਜੀ ਬਰਗੇ ਜਲਨਸ਼ੀ ਪਦਾਰਥ ਉਦੋਂ ਤੱਕ ਹੀ ਉਦੋਂ ਤੱਕ ਨਹੀਂ ਜਲਦੇ ਜਦੋਂ ਤੱਕ ਜਲਨ ਵਿੱਚ ਸਹਾਇਕ ਸਹਾਇਤਾ ਜਾਂ ਆਕਸੀਜਨ ਦੀ ਵੱਧ ਮਾਤਰਾ ਮੌਜੂਦ ਨਾ ਹੋਵੇ ਅਗੇ ਪੈਗ ਸਸਾ ਇਹ ਸਾਰੇ ਪ੍ਰਸ਼ਨ ਜੁੜੇ ਹਨ ਤੇ ਹਰੇਕ ਪ੍ਰਸ਼ਨ ਪੰਜ ਅਕਾ ਦਾ ਹੈ ਕੋਈ ਤਿੰਨ ਪ੍ਰਸ਼ਨ ਕਰੋ ਸੂਸ਼ਗਤੰਨੇ ਪ੍ਰੇਸ਼ਨ ਕਰਨੇ ਹਨ ਇਹ ਲਗਭਗ ਚਾਰ ਜਾਂ ਪੰਜ ਪ੍ਰੇਸ਼ਨ ਦਿੱਤੇ ਹੋਣਗੇ ਤੁਹਾਨੂੰ ਆਪਾਂ ਸਾਰੇ ਕਰਵਾ ਦੇਣਾ ਖਾਦ ਪ੍ਰੀਖਣ ਤੋਂ ਕੀ ਭਾਵ ਹੈ ਖਾਦ ਪ੍ਰੀਖਣ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ ਖਾਦ ਪ੍ਰੀਖਣ ਉਹ ਵਿਧੀ ਜਿਸ ਦੇ ਦੁਆਰਾ ਖਾਦ ਪਦਾਰਥਾਂ ਨੂੰ ਸੰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਲੰਬੇ ਸਮੇਂ ਤੱਕ ਉਸਦੇ ਪੋਸ਼ਕ ਤੱਤਾਂ ਨੂੰ ਠੀਕ ਰੱਖਿਆ ਜਾ ਸਕੇ ਖਾਦ ਪ੍ਰੀਖਣ ਖਵਾਉਂਦਾ ਹੈ ਖਾਦ ਪ੍ਰੀਖਣ ਦੀਆਂ ਵਿਧੀਆਂ ਪਹਿਲੇ ਹੈਗਾ ਨਿਰਜਲੀਕਰਨ ਤੇ ਧੁੱਪ ਵਿੱਚ ਸੁਕਾਉਣਾ ਫਲਾਂ ਅਤੇ ਸਬਜ਼ੀਆਂ ਦੀ ਮਾਤਰਾ ਮਾਤਰਾ ਵਿੱਚ ਪਾਣੀ ਦੀ ਮਾਤਰਾ ਨੂੰ ਘਟਤ ਕਰਨਾ ਜ ਜਰ ਜਰਿ ਕਰਨ ਖਾਉਂਦਾ ਹੈ ਇਸ ਇਸ ਨਾਲ ਭੋਜਨ ਵਿੱਚ ਨਮੀ ਘੱਟ ਹੋ ਜਾਂਦੀ ਹੈ ਅਤੇ ਉਹ ਜਲਦੀ ਸੰਦੂਸ਼ਿਤ ਸੰਦੂਸ਼ਿਤ ਨਹੀਂ ਹੁੰਦਾ ਫਲਾਂ ਅਤੇ ਸਬਜ਼ੀਆਂ ਨੂੰ ਧੁੱਪ ਵਿੱਚ ਸੁਕਾਉਣਾ ਸਭ ਤੋਂ ਪੁਰਾਣੀ ਵਿਧੀ ਹੈ ਦੂਸਰੇ ਕ ਨਮਕ ਨਮਕ ਅਤੇ ਚੀਨੀ ਦੁਆਰਾ ਰਿਰੱਖਿਆ ਨਾ ਨਮਕ ਅਤੇ ਚੀਨੀ ਵਧੀਆ ਰੱਖਿਆ ਘਾਣਾ ਮਤਲਬ ਤੁਹਾਨੂੰ ਸਮਝਾ ਦਮਾ ਜੇ ਮਨ ਲਾਪਾ ਕਿਸੇ ਚੀਤੇ ਨਾ ਕਿਸੇ ਸਿਟਕੇ ਕੇ ਰੱਖ ਦਿਆ ਤਾਂ ਉਸ ਨੂੰ ਬਚਾਉਂਦੀ ਹੈ ਮਤਲਬ ਇਹ ਖਾਦ ਪ੍ਰੇਖਣ ਕਰਦੀ ਹੈ ਅੱਗੇ ਕੀ ਤੀਸਰਾ ਇਹ ਖਾਦ ਮਤਲਬ ਦੂਸਰਾ ਹੀ ਹੈ ਦੂਸਰਾ ਉਸਨੋਂ ਅਨੁਸਾਰ ਮੈਂ ਇਹ ਖਾਦ ਪਦਾਰਥ ਵਿੱਚ ਸੁਖਮ ਜੀਵਾ ਦਾ ਵਾਧਾ ਰੋਕਦਾ ਹੈ ਆਚਾਰ ਜੈਮ ਜੈਲੀ ਕੇਚਪਸ ਸ਼ਕਵੈਸਾਂ ਦੀ ਦਾ ਪ੍ਰੀਖਣ ਦਾ ਪ੍ਰੀਖੇ ਨੂੰ ਨਮਕ ਅਤੇ ਚੀਨੀ ਪਾ ਕੇ ਕੀਤਾ ਜਾਂਦਾ ਹੈ ਕਿ ਤੀਸਰਾ అతి ਠੰਡਾ ਕਰਨਾ ਇਹ ਸੁਖਮ ਜੀਵਨ ਦੇ ਬਾਦਦੇ ਨੂੰ ਰੋਕਣ ਦਾ ਸਿੱਧਾ ਤਰੀਕਾ ਹੈ ਇਸੇ ਵਿਧੀ ਵਿੱਚ ਖਾਧ ਪਦਾਰਥ ਨੂੰ 9 ਸੈਂਟੀਮੀਟਰ ਤੋਂ ਘੱਟ ਤ ਤਾਪ ਤਾਪ ਤੱਕ ਠੰਡਾ ਕੀਤਾ ਜਾਂਦਾ ਹੈ ਫਲ ਸਬਜ਼ੀ ਮਾਸਮੱਛੀ ਅਤੇ ਨੂੰ ਇਸੇ ਵਿਧੀ ਨਾਲ ਪ੍ਰੀਖੇ ਕੀਤਾ ਜਾਂਦਾ ਹੈ ਕਿ ਚੌਥਾ ਪ੍ਰੀਖਣ ਕੁਝ ਰਸਾਇਣਿਕ ਖਾਤ ਦੇ ਪ੍ਰੀਖਣ ਵਿੱਚ ਵਰਤੇ ਜਾਂਦੇ ਹਨ ਜੋ ਪਦਾਰਥ ਖਾਤ ਪਦਾਰਥ ਨੂੰ ਸੰਦੂਸ਼ਿਤ ਹੋਣ ਤੋਂ ਬਚਾਉਂਦੇ ਹਨ ਖਾਤ ਪ੍ਰੀਖਣ ਕਹਾਉਂਦੇ ਹਨ ਬੈਨ ਜੋਇਲ ਅਮਲ ਪੋਟਾਸ਼ੀਮ ਮੈਟਾ ਪੈਸਲਫੇਟ ਆਂਦੀ ਤੋਂ ਵਿਚਲੇ ਜਾਂਦੇ ਜਾ ਸਕਦੇ ਹਨ ਤਿੱਬਾ ਬੰਦ ਅਤੇ ਬਹੁਤ दि डिब्बा बंद और बोतल छिलक शिलक करके भी परीक्षण किया जा सकता है अगर है बल कि तरह के होंगे हरेक उदाहरण लिखो बल दे प्रकार पहले है पेशी बल जिबा द्वारा अपनी पेशे का बल बरत जाता है इसन पेशी बल बल कहा जाता है ये जिम्मेदारी उदाहरण है बैल द्वारा पेशी बल नद्दी खिंचना अगे है दूसरा ਚੁੰਬਕੀ ਬਲ ਚੁੰਬਕ ਦਾ ਗੁਣ ਹੈ ਹੈ ਕਿ ਉਹ ਕੋਬਲ ਕੋਬਲ ਤਾ ਨਿਕਲ ਲੋਹਾ ਅਤੇ ਸਟੀਲ ਦੀ ਵਸਤੂ ਵਸਤੂ ਨੂੰ ਆਕਰਸ਼ਿਤ ਕਰਦਾ ਹੈ ਚੁੰਬਕੀ ਪਦਾਰਥ ਤੇ ਲੱਗਣ ਵਾਲਾ ਬਲ ਚੁੰਬਕੀ ਬਲ ਕਹਾਉਦਾ ਹੈ ਜਿਵੇਂ ਚੁੰਬਕ ਦੀ ਨਾਲ ਲੋਹਾ ਤੇ ਕਿ ਲੱਛਿਤ ਹੁੰਦੀ ਹਨ ਅਗਰ ਸਟੇਲ ਬਿਜਲੀ ਬਲ ਜਦੋਂ ਪਲਾਸਟਿਕ ਅਤੇ ਟੈ ਟੈਲੀਨ ਵਰਗੇ ਪਦਾਰਥ ਆਪਸ ਵਿੱਚ ਰਗੜੇ ਜਾਂਦੇ ਹਨ ਤਾਂ ਉਹਨਾਂ ਵਿੱਚ ਬਿਜਲੀ ਪੈਦਾ ਹੁੰਦੀ ਹੈ ਇਸੀ ਬਿਜਲੀ ਕਾਰਨ ਪੈਦਾ ਬਲ ਸਥਿਰ ਬਿਜਲੀ ਬਲ ਕਹਾਉਂਦਾ ਹੈ ਜਿਵੇਂ ਜਦੋਂ ਸ਼ੀਸ਼ੇ ਸ਼ੀਸ਼ੇ ਦੀ ਸੜਾ ਨੂ ਰੇਸ਼ਮੀ ਰੇਸ਼ਮ ਦੇ ਕਪੜੇ ਨਾਲ ਲਗੜਿਆ ਜਾਂਦਾ ਹੈ ਤਾਂ ਸ਼ੀਸ਼ੇ ਦੀ ਸੜਕ ਕਾਗੇ ਦੇ ਟੁਕੜੇ ਨੂੰ ਆਪਣਨੇ ਬਲ ਖਿੱਚਦੀ ਹੈ ਅਜਿਹਾ ਸਥਿਰ ਬਿਜਲੀ ਬਲ ਦੇ ਕਾਰਨ ਹੁੰਦਾ ਹੈ ਅਗਿਆ ਚੌਥਾ ਗੁਲਤੂਆ ਪਲ ਧਰਤੀ ਦੀ ਸਤਹ ਤੋਂ ਉੱਪਰ ਅਤੇ ਧਰਤੀ ਦੇ ਨੇੜੇ ਮਿਲਣ ਵਾਲੀ ਵਸਤੂ ਨੂੰ ਧਰਤੀ ਇੱਕ ਇੱਕ ਬਲ ਲਗਾਉਂਦੀ ਹੈ ਜਿਸ ਨੂੰ ਗੁਰਤਵਾ ਬਲ ਕਹਿੰਦੇ ਹਨ ਉਚਾਈ ਤੋਂ ਛੱਡੀ ਗਈ ਕੋਈ ਵੀ ਵਸਤੂ ਗਤੀ ਦੇ ਗੁਰਤਵਾ ਬਲ ਦੇ ਕਾਰਨ ਦਿਖਦੀ ਹੈ ਇਹ ਪੰਜਵਾਂ ਹੈ ਰਗੜ ਬਲ ਇੱਕ ਵਸਤੂ ਦਾ ਦੂਸਰੀ ਵਸਤੂ ਦੇ ਉੱਪਰ ਗਤੀ ਕਰਨ ਨਾਲ ਉਹਨਾਂ ਦੋਹਾਂ ਦੋਹਾਂ ਦੇ ਵਿੱਚ ਪੈਦਾ ਬਲ ਨੂੰ ਰਗੜ ਬਲ ਕਹਿੰਦੇ ਹਨ ਰਗੜ ਬਲ ਰਗੜ ਬਲ ਵਸਤੂ ਦੀ ਗਤੀ ਦੇ ਉਲਟ ਦਿਸ਼ਾ ਵਿੱਚ ਹੁੰਦਾ ਹੈ ਜਿਵੇਂ ਕੰਚ ਦੀ ਗੋਲੀ ਧਰਤੀ ਦੀ ਗੋਲ ਸਮੇ ਲੁੜਕਣ ਤੋਂ ਬਾਅਦ ਦੁਖ ਜਾਂਦੀ ਹੈ ਇਹ ਇਹ ਰਗੜ ਬਲ ਦੇ ਕਾਰਨ ਹੁੰਦਾ ਹੈ ਤੀਸਰਾ ਪ੍ਰਸ਼ਨ ਅਲਿੰਗੀ ਪ੍ਰਜਨ ਪ੍ਰਜਨ ਦੀ ਪਰਿਭਾਸ਼ਾ ਲਿਖੋ ਅਲਿੰਗ ਜੰਤੂ ਵਿਚਲੇ ਅਲਿੰਗੀ ਪ੍ਰਜਨਨ ਦੇ ਦੋ ਵਿਧੀਆਂ ਦਾ ਵਰਣਨ ਕਰੋ ਰਿੰਗੀ ਵਰਨ ਰਿੰਗੀ ਪ੍ਰਜਨਨ ਪਰ ਜੰਦੀ ਉਹ ਕਿਸਮ ਜਿਸ ਵਿੱਚ ਸਿਰਫ ਇੱਕ ਹੀ ਜੀਵ ਭਾਗ ਲੰਦਾ ਹੈ ਰਿੰਗੀ ਭਜਨ ਖਾਉਂਦਾ ਹੈ ਜੰਤੂਆਂ ਵਿੱਚ ਰਿੰਗੀ ਭਜਨ ਦਿਆ ਹੈ ਦਿਆ ਬਿਦਿਆ ਹੇਥ ਜਿਖਿਆਨ ਪਹਿਲੇ ਹੈ ਦੋ ਖੰਡਨ ਦੋ ਖੰਡੇ ਵਿੱਚ ਜੀਵ ਦਾ ਸਰੀਰ ਲੰਬਤ ਅਨੁਪ੍ਰਸਥ ਖਾਂਚ ਵਿੱਚ ਦੋ ਬਰਾਬਰ ਭਾਗ ਵਿੱਚ ਵੰਡਿਆ ਜਾਂਦਾ ਹੈ ਹਰ ਭਾਗ ਜਨਕ ਦੇ ਸਮਾਨ ਹੋ ਜਾਂਦਾ ਹੈ ਭਜਨ ਦੀ ਇਹ ਬਿੜੀ ਵਿਦੀ ਪ੍ਰੋਤਜੁਆ ਅਮੀਬਾ ਪੈਰਾਮੀਸ਼ੀਅਮ ਆਂਦੀ ਵਿੱਚ ਹੁੰਦੀ ਹੈ ਜਿੰਨਾ ਵਿੱਚ ਇਹ ਇਹ ਵਿਧੀ ਜ਼ਰੂਰੀ ਰੂਪ ਵਿੱਚ ਸ਼ੈਲੇ ਵਿਭਾਜਨ ਦੀ ਵਿਧੀ ਹੈ ਜਿਸ ਦੇ ਨਤੀਜੇ ਵਜੋਂ ਸੰਤਾਨ ਸ਼ੈਲਨ ਦਾ ਅਲਗਾਵ ਅਲਗਾਵ ਹੁੰਦਾ ਹੈ ਬਹੁਕੋਸ਼ਿ ਬਹੁਕੋਸ਼ੀ ਜੰਤੂਆਂ ਵਿੱਚ ਵੀ ਇਸ ਵਿਧੀ ਨੂੰ ਦੇਖਿਆ ਗਿਆ ਹੈ ਜਿਵੇਂ ਸੀ ਐਨੀਮੋਨ ਅਤੇ ਲੰਬਤ ਵਿਖੰਦਨਾ ਤੇ ਪਲੇਨੀਆ ਵਿੱਚ ਅਨੁਪਸਥ ਖੰਦਨ ਕੋਸ਼ਿਕਾ ਮਾ ਵਿਭਜਿਤ ਹੋ ਕੇ ਕੇਂਦ ਕੇਂਦਰਕ ਹੈ ਬੜਿੰਗ ਬੜਿੰਗ ਇੱਕ ਪਕਾਦਰ ਰਿੰਗੀ ਪਰਜਨਨ ਕਿਹਦਾ ਹੈ ਜਿਸ ਦੇ ਵਿੱਚ ਨਾਮਾ ਜੀਵ ਤੋਂ ਤੁਲਨਾ ਤੋਂ ਸ਼ੋਰ ਤੇ ਪੋਜੇ ਦੀਆਂ ਕੋਸ਼ਿਕਾ ਮ ਵਿੱਚ ਨਿਕਲਦਾ ਹੈ ਸ਼ੁਰੂ ਵਿੱਚ ਜਨਕ ਜੀਵ ਵਿੱਚ ਬੜਿੰਗ ਬੰਦਾ ਹੈ ਬਦ ਬਖਰੀ ਹੂਨ ਬੰਦ ਬਖਰੀ ਹੂਨ ਹੂਨ ਤੋਂ ਪਹਿਲਾਂ ਪਹਿਲੇ ਜਨਕ ਦਾ ਰੂਪਕ ਧਾਨ ਨ ਕਰ ਲੈਂਦਾ ਹੈ ਜਿਵੇਂ ਬਾਹਲੀ ਬੜਿੰਗ ਵਿੱਚ ਜਨਕ ਵਿੱਚ ਪੱਖ ਹੂਨ ਤੋਂ ਬਾਅਦ ਅੰਦਰੂਨੀ ਬੜਿੰਗ ਵਿੱਚ ਬਾਹਲੀ ਬੜਿੰਗ ਸਪੱਜ ਸਿਲੇ ਸਿਲੇ ਤਰੇਤਾ ਜਿਵੇਂ ਹਾਈਡਰਾ ਚੱਪਤੇ ਕੀੜਮੀ ਅਤੇ ਟਿਊਨੀਕੇਟ ਵਿੱਚ ਮਿਲਦਾ ਹੈ ਪਰ ਕੁਝ ਸਿਲੇਟਰੇਟਮ ਬਰਗੇ ਉਬ ਉਬਲਿਆ ਪੋਲੀਮ ਦੀ ਤੁਲਨਾ ਮੈਡੂਸੀ ਪੈਦਾ ਕਰਦਾ ਹੈ ਜੰਗਲਾਂ ਦੇ ਲਾਭ ਲਿਖੋ ਜੰਗਲਾਂ ਦੇ ਲਾਭ ਪਹਿਲੇ ਜੰਗਲ ਭੂਮੀ ਦੀ ਉਪਜਾਊ ਸ਼ਕਤੀ ਬਣਾਈ ਰੱਖਦੇ ਹਨ ਜੰਗਲ ਬਰਖਾ ਲਿਆਉਣ ਵਿੱਚ ਸਹਾਇਕ ਹਨ ਅਤੇ ਜਲ ਚੱਕਰ ਨੂੰ ਸੰਤੁਲਿਤ ਰੱਖਦੇ ਹਨ ਪੰਜਵਾਂ ਜੰਗਲਾਂ ਤੋਂ ਲੱਕੜੀ ਮਿਲਦੀ ਹੈ ਜਿਵੇਂ ਸ਼ੀਸ਼ਕ ਤੀਕ ਸਾਲ ਦੇ ਬਦਾਰ ਜੰਗਲਾਂ ਤੋਂ ਤੋਂ ਕਾਗਜ਼ ਮਿਲਦਾ ਹੈ ਸੋਨੀ ਅਤੇ ਬਾਂਸ ਕਾਗਜ਼ ਬਣਾਉਣ ਵਿੱਚ ਵਰਤੇ ਜਾਂਦੇ ਹਨ ਇਹ ਦਵਾਈਆਂ ਦਵਾਈਆਂ ਕਈ ਦਵਾਈਆਂ ਦੇ ਕਈ ਦਵਾਈਆਂ ਦੇ ਪੌਦੇ ਜੰਗਲਾਂ ਵਿੱਚ ਵਿੱਚ ਮਿਲਦੇ ਹਨ ਜੰਗਲਾਂ ਤੋਂ ਕਈ ਉਤਪਾਦਾਂ ਜਿਵੇਂ ਰੇ ਜੀਨ ਗੂੰਦ ਲਖ ਰਖ ਰਗੜ ਪੋਜਨ ਤੇ ਕੀਤ ਨਸ਼ਕ ਮਿਲਦੇ ਹਨ ਘਰ ਕਾ ਬੀ ਜੰਗਲ ਤੋਂ ਮਿਲਦਾ ਹੈ ਜਿਵੇਂ ਓਕ ਕਈ ਹੋਰ ਉਦਯੋਗਿਕ ਪਸਤਾਂ ਪਸਤਾਂ ਜਿਵੇਂ ਕੁਦਰਤੀ ਰੰਗ ਮੂਮ ਸੈਦਰ ਵੀ ਜੰਗਲ ਤੋਂ ਮਿਲਦੇ ਹਨ ਰਮਾਨ ਤੇ ਬਨਾ ਬਤਰਿਸ਼ ਰੇਸ਼ਮ ਦੀ ਖੇੜਾ ਤੋਂ ਮਿਲਦਾ ਹੈ ਅਗੇਨ ਨਾਈਟ੍ਰੇਟ ਸ਼ੈਦਰ ਤੋਂ ਪਲਾਸਟਿਕ ਤਿਆਰ ਕੀਤੀ ਜਾਂਦੀ ਹੈ ਅਗਿਆ ਗਿਆ ਮੋਮਬੱਤੀ ਦਿਲਾਦੇ ਦੇ ਵੱਖ-ਵੱਖ ਭਾਗਾਂ ਦਾ ਚਿੱਤਰ ਸਹਿਤ ਵਰਣਨ ਕਰੋ ਆਹ ਮੋਮਬੱਤੀ ਹੈ ਜੋ ਸਾਪੀ ਗਈ ਤੁਸੀਂ ਆਪਣੇ ਪੇਪਰ 'ਤੇ ਸ਼ਾਪਕੀ ਹੋਣੀ ਹੈ ਇਹ ਤਿੰਨ ਭਾਗ ਹੁੰਦੇ ਇੱਕ ਅੰਦਰੂਨੀ ਭਾਗ ਇੱਕ ਦੀਪਤ ਭਾਗ ਇੱਕ ਦੀਪਤ ਭਾਗ ਪਹਿਲੇ ਹੈ ਅੰਦਰੂਨੀ ਭਾਗ ਇਹ ਲਾਤ ਦਾ ਸਭ ਤੋਂ ਅੰਦਰੂਨੀ ਠੰਡਾ ਭਾਗ ਹੈ ਇਸ ਵਿੱਚ ਮੋਮ ਦੇ ਵਾਸ਼ਪ ਹੁੰਦੇ ਹਨ ਇਹ ਸ਼ੀਸ਼ੇ ਦੀ ਪਲੀ ਦਮ ਇਹ ਸ਼ੀਸ਼ੇ ਦੀ ਨਲੀ ਦਾ ਇੱਕ ਸਰਾ ਸਿਰ ਇਸ ਖੇਤਰ ਵਿੱਚ ਰੱਖੋ ਦੂਸਰੇ ਸਿਰੇ ਨਾਰਸਫੈਦ ਬਾਸ਼ਪ ਨਿਕਲਦੇ ਹੋਏ ਦਿਖਾਈ ਦੇਣਗੇ ਇਹ ਜਿਨ੍ਹਾਂ ਨੂੰ ਮਾਚਿਸ ਵੀ ਮਾਚਿਸ ਦੀ ਥਿੱਲੀ ਨਾਲ ਜਲਾਉਣ ਦੀ ਲਾਤ ਨਿਕਲਦੀ ਹੈ ਅਗਰ ਦੀਪਤ ਖੇਤਰ ਮਦਕ ਮਦਭਗ ਚਮਕੀਲਾ ਦੀਪਕਾ ਖੇਤਰ ਹੈ ਇਹ ਖੇਤਰ ਵਿੱਚ ਕਾਰਬਨ ਅਧ ਅਧ ਜਲੇ ਕਰਨ ਹੁੰਦੇ ਹਨ ਜਿਨ੍ਹਾਂ ਕਾਰਨ ਇਹ ਚਮਕਣ ਕਾਰਨ ਇਹ ਖੇਤਰ ਚਮਕੀਲਾ ਹੁੰਦਾ ਹੈ ਇਹ ਇੱਕ ਅਨੁਲਾਤ ਜੋਤੂਏ ਤੇ ਕਾਜ ਦੇ ਰੂਪ ਵਿੱਚ ਪੈਦਾ ਹੁੰਦੇ ਹਨ ਅਗੇ ਆਦੀਪਤ ਖੇਤਰ ਇਹ ਲਾਤ ਦਾ ਸਭ ਤੋਂ ਬਾਹਰਲਾ ਭਾਗ ਹੈ ਜਿਸ ਦਾ ਰੰਗ ਫਿੱਕਾ ਨੀਲਾ ਹੈ ਇਸ ਇਸ ਭਾਗ ਦੇ ਵਿੱਚ ਆਕਸੀਜਨ ਵਾਲਨ ਨਾਲ ਮਿਲ ਕੇ ਪੂਰਨ ਜਲਨ ਦਹਨਪ ਕਰਦੀ ਹੈ ਇਸ ਸਭ ਤੋਂ ਬਾਹਰਲਾ ਦੀਪਤ ਭਾਗ ਜਿਸ ਦਾ ਤਾਪਨ 1900 ਡਿਗਰੀ ਦੇ ਲਗਭਗ ਹੈ ਇਜੇ ਤੁਹਾਨੂੰ ਦਾ ਪੀਪਲ ਸੇ ਤੁਹਾਨੂੰ ਫੁੱਲ ਸੋਲਵ ਕਰਵਾ ਦਿੱਤਾ ਆਤਮਿਕ ਅਦਾ ਸੈਂ ਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਆਪਾਂ ਦੇ ਚੈਨਲ ਸਬਸਕ੍ਰਾਈਬ ਕਰੋ ਤੇ ਹੋ ਸਕੇ ਤੇ ਵੀਡੀਓ ਆਪਣੇ ਦੋਸਤਾਂ ਤੱਕ ਵੀ ਸ਼ੇਅਰ ਕਰ ਦੇਣਾ ਜਿਸ ਨਾਲ ਉਹਨਾਂ ਦੀ ਵੀ ਥੋੜੀ ਮੋਟੀ ਮਦਦਤ ਹੋ ਸਕੇ ਤੇ ਆਪਾਂ ਫੇਰ ਮਿਲਾਂਗੇ ਇੱਕ ਅਗਲੀ ਵੀਡੀਓ ਚ ਥੈਂਕਸ ਫੋਰ ਵਾਚਿੰਗ ਪਲੀਜ਼ ਸਬਸਕ੍ਰਾਈਬ ਟੂ ਮਾਈ ਯੂਟਿਊਬ ਚੈਨਲ